ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ ਸਿੱਖ ਭਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਕਾਲ ਤਖਤ ਦਾ ਸ਼ਹੀਦੀ ਦਿਹਾੜਾ ਹੈ ਜਥੇਦਾਰ ਕੋਂਕੇ ਇੱਕ ਪੂਰਨ ਗੌਰਸਿਕ ਕੈਣੀ ਤੇ ਕਰਨੀ ਦੇ ਸੂਰਮੇ ਤੇ ਇੱਕ ਆਦਰਸ਼ ਖਾਲਸਾਈ ਜ਼ਿੰਦਗੀ ਜਿਉਣ ਵਾਲੇ ਸਿੰਘ ਸਨ ਜਿਨ੍ਹਾਂ ਨੇ ਸਿਰਫ ਜ਼ਿੰਦਗੀ ਜਿਉਇਨ ਨਹੀਂ ਅੰਤ ਨੂੰ ਉਸ ਪਰਖ ਚ ਵੀ ਪੂਰੇ ਉਤਰੇ ਜਿਹਦੇ ਵਿੱਚ ਉਹਨਾਂ ਨੂੰ ਪਾਇਆ ਗਿਆ ਤੇ ਸ਼ਾਨਾਮਤੀ ਸ਼ਹਾਦਤ ਪ੍ਰਾਪਤ ਕੀਤੀ ਮੈਂ ਉਹਨਾਂ ਨੂੰ ਪਹਿਲੀ ਵਾਰ ਸਨ 84 ਦੇ ਕੋਈ ਨਵੰਬਰ ਦਸੰਬਰ ਦੇ ਵਿੱਚ ਜਦੋਂ ਅਟੈਕ ਹੋ ਚੁੱਕਿਆ ਸੀ ਤੇ ਦਿੱਲੀ ਦਾ ਕਤਲੇਆਮ ਵੀ ਹੋ ਚੁੱਕਿਆ ਸੀ ਤੇ ਜਿਨ੍ਹਾਂ ਦਿਨਾਂ 'ਚ ਪ੍ਰੋਫੈਸਰ ਦਰਸ਼ਨ ਸਿੰਘ ਤੇ ਸੰਤ ਸਿੰਘ ਮਸਕੀਨ ਜੀ ਹੁਣੀ ਦੀ ਕਥਾ ਦੇ ਬਹੁਤ ਦੌਰ ਚੱਲਦੇ ਸੀ ਉਹਨਾਂ ਦੇ ਵਿੱਚ ਅਸੀਂ ਇੱਥੇ ਲੁਧਿਆਣੇ ਗੁਰਦੁਆਰਾ ਸਿੰਘ ਸਵਾ ਉਸਰ ਦਰਸ਼ਨ ਸਿੰਘ ਕੋਲੋਂ ਆਂਦਾ ਕੀਰਤਨ ਕਰਵਾਇਆ ਸੀ। ਹੋਰ ਬੜੇ ਸਿੰਘਾਂ ਨੇ ਰਲ ਕੇ ਤੇ ਉੱਥੇ ਮੈਂ ਇਹਨਾਂ ਨਾਲ ਪਹਿਲੀ ਮੇਰੀ ਮੁਲਾਕਾਤ ਉੱਥੇ ਹੋਈ ਸੀ। ਇਹਨਾਂ ਨਾਲ ਉਸ ਵਕਤ ਸੁਖਦੇਵ ਸਿੰਘ ਜ਼ਖੀਰਾ, ਵੱਸਨ ਸਿੰਘ ਜ਼ਖੀਰਾ, ਦਰਸ਼ਨ ਸਿੰਘ ਦੱਲਾ, ਦਵਿੰਦਰ ਸਿੰਘ ਦੱਲਾ ਜਿਨ੍ਹਾਂ ਸਾਰੇ ਸਿੰਘਾਂ ਨੇ ਬਾਅਦ 'ਚ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਦੋਂ ਮੈਨੂੰ ਇਹਨਾਂ ਬਾਰੇ ਕੁਝ ਪਤਾ ਨਹੀਂ ਸੀ। ਫਿਰ ਮੈਨੂੰ ਪਤਾ ਲੱਗਿਆ ਕਿ ਜਥੇਦਾਰ ਗੁਰਦੇਵ ਸਿੰਘ ਹੋਣੀ ਪਹਿਲਾਂ ਤੋਂ ਹੀ ਟਕਸਾਲ ਨਾਲ ਜੁੜੇ ਹੋਏ ਸਨ ਜਦੋਂ ਸੰਤ ਜੀ ਪੰਥ ਅੱਗੇ ਪ੍ਰਗਟ ਹੋਏ ਤੇ ਉਹ ਵੀ ਕੁਦਰਤੀ ਆ ਕਿ ਉਹ ਜੇ ਸਿੰਘਾਂ ਨੇ ਉਹਨਾਂ ਨਾਲ ਹੀ ਜਾਣਾ ਸੀ ਤਾਂ ਉਹਨਾਂ ਨਾਲ ਸੰਗਤ ਕਰਨ ਲੱਗ ਪਏ ਉਹ ਅਟੈਕ ਵਾਲੇ ਦਿਨ ਤੋਂ ਪਹਿਲਾਂ ਵੀ ਉੱਥੇ ਗਏ ਤੇ ਪਤਾ ਲੱਗਿਆ ਕਿ ਸੰਤ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਬਾਹਰ ਚਲੇ ਜਾਓ ਤੁਹਾਡੀ ਇੱਥੇ ਹਾਲੇ ਜ਼ਰੂਰਤ ਨਹੀਂ ਤੇ ਫਿਰ ਪਿੰਡ ਚ ਆ ਕੇ ਵੀ ਉਹ ਇੱਕ ਸਿੰਘਾਂ ਦਾ ਜਥਾ ਇਥੋਂ ਵੱਡਾ ਲੈ ਕੇ ਦੁਆਰਾ ਫਿਰ ਕਾਲ ਤਖਤ ਵੱਲ ਨੂੰ ਵੀ ਉਹਨਾਂ ਨੇ ਮਾਰਚ ਕੀਤਾ ਪਰ ਰਾਜ ਰੋਕ ਲਿਆ ਗਿਆ ਉਸ ਤੋਂ ਬਾਅਦ ਫਿਰ ਸਾਰੇ ਸਿੰਘ ਜਿਹੜੇ ਉਸ ਵਕਤ ਭਗੌੜੇ ਸੀ ਸਰਕਾਰ ਨੂੰ ਲੜਿੰਦੇ ਸੀ ਅਸਲ ਤਤਖਾਲ ਸਾਰੇ ਉਹ ਸਾਰੇ ਇਹਨਾਂ ਕੋਲ ਆਉਣ ਲੱਗ ਪਏ ਜਿਵੇਂ ਸਾਨੂੰ ਇਹ ਮਿਲੇ ਈ ਸਾਨੂੰ ਨਹੀਂ ਸੀ ਪਤਾ ਉਦੋਂ ਕੀ ਉਹ ਸਖਦੇਵ ਸਿੰਘ ਸਖੀਰਾ ਹੋਣੀ ਭਗੌੜੇ ਹਨ ਸਾਰੇ ਉਹਨਾਂ ਕੋਲ ਆਉ ਲੱਭ ਤੇ ਇਸ ਤਰ੍ਹਾਂ ਸੰਗਤ ਬੱਦੀ ਤੇ ਫਿਰ ਹਰ ਜਥੇਬੰਦੀ ਦੇ ਸਿੰਘ ਹਰ ਕੋਈ ਜੋ ਪੰਥ ਲਈ ਚੱਲਿਆ ਸੀ ਉਹ ਉਹਨਾਂ ਕੋਲ ਆਉਂਦਾ ਆਉਂਦੇ ਸੀ ਉਹਨਾਂ ਕੋ ਉਹਨਾਂ ਦਾ ਘਰ ਇੱਕ ਤਰ੍ਹਾਂ ਦਾ ਮਾਲਵੇ ਵਿੱਚ ਇਸ ਲੱਕ ਵਿੱਚ ਹੈੱਡਕੁਆਰਟਰ ਹੀ ਸੀ ਸੰਘਰਸ਼ ਵਾਲਿਆਂ ਦੇ ਉਹ ਕਿਸੇ ਨੂੰ ਨਾਂ ਨਹੀਂ ਸੀ ਕਰਦੇ ਸਾਰਿਆਂ ਨੂੰ ਪਿਆਰ ਕਰਦੇ ਸੀ ਸਾਰਿਆਂ ਨੂੰ ਇੱਕੋ ਜਿਹਾ ਸਤਕਾਰ ਦਿੰਦੇ ਸੀ ਤੇ ਉਹਨਾਂ ਚ ਇੱਕ ਹੋਰ ਗੱਲ ਬਹੁਤ ਸੀਗੀ ਕਿ ਉਹ ਗੱਲ ਮੂੰਹ ਤੇ ਕਹਿ ਦਿੰਦੇ ਸੀ ਉਹ ਕੋਈ ਵੀ ਗੱਲ ਜਿਹੜੀ ਮर्यादा ਦੇ ਜਾਂ ਗੁਰਮਤ ਦੇ ਖਿਲਾਫ ਹੋਵੇ ਜਾਂ ਸਦਾਚਾਰ ਦੇ ਖਿਲਾਫ ਬਿਲਕੁਲ ਨਹੀਂ ਸੀ ਜਰਦੇ ਕੋਈ ਵੀ ਹੋਵੇ ਆਪਣਾ ਬੰਦਾ ਹੋਵੇ ਆਪਣੇ ਧੜੇ ਦਾ ਹੋਵੇ ਕਿਸੇ ਦਾ ਹੋਵੇ ਕਿੱਡੀ ਵੱਡੇ ਰਹਿ ਕੋ ਬਿਲਕੁਲ ਸਪਸ਼ਟ ਉਹਨਾਂ ਕੋਲ ਜੁਰਤ ਸੀ ਉਹ ਕਹਿ ਦਿੰਦੇ ਸੀ ਕਿ ਆ ਤੇਰੀ ਗਲਤੀ ਤੇ ਉੱਤੇ ਅੱਖਰ ਵੀ ਲੈਂਦੇ ਸੀ ਬਾਚ ਜਦੋਂ ਉਹਨਾਂ ਨੂੰ ਕਾਲ ਤੱਕ ਦੇ ਐਕਟਿੰਗ ਜਥੇ ਦੇ ਬਣਾਏ ਉਹਨਾਂ ਨੇ ਕਈ ਇਹੋ ਜਿਹੇ ਫੈਸਲੇ ਲਏ ਜਿਹੜੇ ਆਪਣੇ ਆਪ ਚ ਇੱਕ ਮਿਸਾਲ ਹਨ ਉਸ ਤੋਂ ਬਾਅਦ ਉਹਨਾਂ ਨੂੰ ਸਰਬਤ ਖਾਲਸੇ ਚ ਐਕਟਿੰਗ ਜਥੇਦਾਰ ਲਾਇਆ ਗਿਆ ਐਕਟਿੰਗ ਜਥੇਦਾਰ ਵਰ ਜੋ ਵੀ ਕਾਲ ਤੱਕ ਦੇ ਐਕਟਿੰਗ ਜਥੇਦਾਰ ਉਹ ਜਿਹੜਾ ਉਹਨਾਂ ਦੀ ਉੱਥੇ ਅਮਲ ਆ ਜੋ ਉਹਨਾਂ ਦੀ ਗਵਾਹੀ ਰਹੀ ਆ ਉਹ ਇੱਕ ਮਿਸਾਲੀ ਆ ਉੱਥੇ ਵੀ ਉਹਨਾਂ ਨੇ ਪੂਰਾ ਠੋਕ ਕੇ ਗੁਰਮੁਖੀ ਸਿੱਖ ਸਿਧਾਂਤਾਂ ਤੇ ਤੇ ਸੰਘਰਸ਼ ਤੇ ਪਹਿਰਾ ਦਿੱਤਾ ਉਹ ਬਹੁਤ ਹੀ ਸਿੱਧਕੀ ਸਿੰਘ ਸੀ ਉਹਨਾਂ ਦਾ ਸਿਮਰਨ ਬਹੁਤ ਵੱਡਾ ਸੀ ਉਹਨਾਂ ਦਾ ਚੌਂਕੜਾ ਬਹੁਤ ਵੱਡਾ ਸੀ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਆਮਲ ਉਹਨਾਂ ਦਾ ਨਿੱਜੀ ਜੀਵਨ ਬਹੁਤ ਵੱਡਾ ਸੀ ਉਹਨਾਂ ਦਾ ਸਮਾਜਿਕ ਜੀਵਨ ਵੀ ਉੱਚਾ ਸੀ ਤੇ ਉਹ ਸਮਾਜ ਵਿੱਚ ਕਿਤੇ ਵੀ ਅਤੇ ਆ ਜਾਂ ਕਿਸੇ ਵੀ ਲੋੜਵੰਦ ਨਾਲ ਖੜਦੇ ਸੀ ਇਸੇ ਤਰ੍ਹਾਂ ਉਹ ਸੰਘਰਸ਼ਨਾ ਖੜੇ ਤੇ ਸੰਘਰਸ਼ ਦੇ ਹਰ ਹਿੱਸੇ ਨੂੰ ਉਹਨਾਂ ਨੇ ਆਪਣੇ ਨਾਲ ਲਾਇਆ ਮਾਲਵੇ ਦੇ ਸਿੰਘ ਜਿਵੇਂ ਗੁਰਜੰਟ ਸਿੰਘ ਹੋਣੀ ਆ ਲਿਬਰੇਸ਼ਨ ਫੋਰਸ ਇਹਨਾਂ ਨਾਲ ਉਹਨਾਂ ਦੀ ਕਾਸਪੀਅਰ ਸੀ ਉਹਨਾਂ ਨੇ ਬੱਬਾ ਠਾਕਰ ਸਿੰਘ ਹੋਣਾ ਨਾਲ ਤੇ ਬੱਬਾ ਜਗਿੰਦਰ ਸਿੰਘ ਹੋਣਾ ਨਾਲ ਬਹੁਤ ਪਿਆਰ ਸੀ ਬੜਾ ਨਜ਼ਦੀਕੀ ਸੀ ਉਹਨਾਂ ਦੋਵਾਂ ਮਹਾਪੁਰਖਾਂ ਦੇ ਉਹਨਾਂ ਨਾਲ ਪੂਰਾ ਤਨ ਦੇਹੀ ਨਾਲ ਕੰਮ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕਦੋਂ ਜਦੋਂ ਕਿਤੇ ਵੀ ਕੋਈ ਪੰਥ ਤੇ ਆਣ ਬਣਦੀ ਸੀ ਜਦੋਂ ਕੋਈ ਵੱਡਾ ਫੈਸਲਾ ਲੈਣਾ ਬਣਦਾ ਸੀ ਉਹ ਇੱਕ ਸੰਵਾਦ ਦਾ ਇੱਕ ਗੱਲਬਾਤ ਦਾ ਜਰੀਆ ਬਣਦਾ ਸੀ ਖੜਕੂ ਸੰਘਰਸ਼ ਵਿੱਚ ਵੀ ਤੇ ਕਾਲ ਤਖਤੇ ਜਥੇਬਦਾਰ ਸੰਬੰਧੀ ਵੀ ਸਾਡੀ ਕਈ ਵਾਰ ਇਹੋ ਜਿਹੇ ਹਾਲਾਤਾਂ ਬਣੀਆਂ ਜਦੋਂ ਸਵਚੇ ਰੂਪ ਵਿੱਚ ਪੱਧ ਨੂੰ ਇਕੱਠੇ ਹੋਣਾ ਹੁੰਦਾ ਸੀ ਅਸੀਂ ਉਹੀ ਪ੍ਰਬੰਧ ਕਰਦੇ ਸੀ ਜਦੋਂ ਭਾਈ ਜਸਵੀਰ ਸਿੰਘ ਰੋਡੇ ਹੁਣੇ ਵੀ ਬਾਹਰ ਆਏ ਉਦੋਂ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਸਾਰੀਆਂ ਉਹਨਾਂ ਦੇ ਰਾਹੀਂ ਹੋਈਆਂ ਉਹਨਾਂ ਦੇ ਪਿੰਡ ਦੇ ਹੀ ਹੋਈਆਂ ਦਿਲਿਬ੍ਰੇਸ਼ਨ ਫੋਰਸ ਦਾ ਉਹ 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 ਨਾ ਪਿੰਡ ਤੇ ਉਹ ਇੱਕ ਹੈੱਡਕੁਆਰਟੀ ਸੀ ਪੁਲਿਸ ਵਾਲਿਆਂ ਨੂੰ ਵੀ ਪਤਾ ਸੀ ਉਹ ਹੈੱਡਕੁਆਰਟਰ ਆ ਉਹ ਕਦੇ ਨਹੀਂ ਸੀ ਕਿਸੇ ਨੂੰ ਰੋਕਦੇ ਭਾਵੇਂ ਸਭ ਨੂੰ ਪਤਾ ਸੀ ਕਿ ਉਹਨਾਂ ਦੀ ਗੱਲ ਰੇ ਉੱਥੇ ਆਉਣਾ ਜਾਣਾ ਬਹੁਤ ਹੀ ਖਤਰਨਾਕ ਆ ਫਿਰ ਵੀ ਸਿੰਘ ਸਾਰੇ ਆਉਂਦੇ ਸੀ ਪਰ ਉਹ ਨਹੀਂ ਸੀ ਕਦੀ ਕਿਸੇ ਨੂੰ ਕਹਿੰਦੇ ਕਿ ਇੱਥੇ ਨਾ ਆਓ ਕੋਈ ਖਤਰਾ ਆ ਤੇ ਉਹਨਾਂ ਨੇ ਬਹੁਤ ਜਿਆਦੀਆਂ ਹੋਰ ਸਿੰਘਾਂ ਦੀਆਂ ਵੀ ਠਹਿਰਾ ਸਾਨੂੰ ਬਣਾ ਕੇ ਦਿੱਤੀਆਂ ਤੇ ਮੈਂ ਦੂਸਰੀ ਵਾਰ ਉਹਨਾਂ ਨੂੰ ਮਿਲਿਆ ਚਰਨਜੀਤ ਸਿੰਘ ਤਲਵੰਡੀ ਹੁਣਾ ਦੇ ਰਾਹੀਂ ਬਾਬਾ ਸਰਿੰਦਰ ਸਿੰਘ ਹੁਣਾ ਰਾਹੀਂ ਫਿਰ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਦਰਸ਼ਨ ਸਿੰਘ ਖਾਨ ਵੰ ਇਹਨਾਂ ਨਾਲ ਸਈ ਵਾਰ ਮਿਲਦੇ ਰਹੇ ਉਹਨਾਂ ਦੇ ਘਰ ਆਉਂਦੇ ਜਾਂਦੇ ਰਹੇ ਪ੍ਰਸ਼ਾਦਾ ਛਕਦੇ ਰਹੇ ਵਿਚਾਰ ਪਲਾੰਡਰਾ ਕਰਦੇ ਰਹੇ ਤੇ ਜਦੋਂ ਉਹ ਆਖਰ ਚ ਉਹਨਾਂ ਨੂੰ ਫੜਿਆ ਗਿਆ ਜਗਰਾਉਂ ਪੁਲਿਸ ਨੇ ਫੜਿਆ ਇਸ ਵਕਤ ਇੱਥੇ ਸਸਪੀ ਸਵਰਨ ਕੋਟਨਾ ਸੀ ਹਰਿੰਦਰ ਚੈਲ ਵੀ ਸੀ ਹੋਰ ਵੀ ਜਿਹੜੇ ਵੱਡੇ ਜ਼ਾਲਮ ਅਫਸਰ ਸੀ ਉਹਨਾਂ ਨੇ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਨੂੰ ਪੂਰੀ ਪਰਖ ਚੋਂ ਨਗਾਇਆ ਪਰ ਗੁਰੂ ਦੀ ਅਪਾਰ ਕਿਰਪਾ ਇਹ ਢੋਲ ਰਹੀ ਜੋ ਸਾਨੂੰ ਪਤਾ ਲੱਗਿਆ ਕਿ ਇਹ ਬਿਲਕੁਲ ਹੀ ਸਿਮਰਨ ਚ ਹੀ ਰਹੇ ਪਾਠ ਕਰਦੇ ਰਹੇ ਜਿੰਨੇ ਵੀ ਵੱਡੇ ਅਫਸਰ ਆਏ ਸਾਰਿਆਂ ਨੂੰ ਦੁਸ਼ਟ ਨਾਲ ਸੰਬੋਧਿਤ ਕੀਤਾ ਤੇ ਬਿਲਕੁਲ ਹੀ ਆਪਣੇ ਸਿਧਾਂਤ ਤੇ ਆਪਣੇ ਕੀਦੇ ਤੋਂ ਡੋਲੇ ਨਹੀਂ ਇਸੇ ਤਰ੍ਹਾਂ ਉਹ ਸ਼ਹਾਦਤ ਨੂੰ ਪ੍ਰਾਪਤ ਹੋਏ ਸਵਰਨ ਸਿੰਘ ਕੋਟ ਨੇ ਤਾਂ ਕਿਹਾ ਸੀ ਕਿ ਮੈਂ ਤੇਰੇ ਵਿੱਚੋਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਕੱਢਣਾ ਹੈ ਤੇਰੇ ਵਿੱਚ ਹੀ ਹਨ ਉਹਨਾਂ ਨੇ ਕਿਹਾ ਕਿ ਕੱਢ ਲੈ ਭਾਈ ਅਸਦਾ ਗੁਰੂ ਦੀ ਸੇਵਾ ਚਾ ਤੂੰ ਆਪਣਾ ਕਰ ਲੈ ਅਸੀਂ ਆਪਣਾ ਕਰ ਲੈਣੇ ਤੇ ਫਿਰ ਹਰ ਤਰ੍ਹਾਂ ਦੇ ਤਸੀਹੇ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੋਈ ਮੈਂ ਕਹਿ ਸਕਦਾ ਹਾਂ ਕਿ ਜਦੋਂ ਤੋਂ ਮੈਸਗਰਸ਼ ਵਿੱਚ ਜਾਂ ਨੇਵੀ ਇਕਾਲ ਤਖਤ ਦੇ ਜਥੇਦਾਰ ਕਾਫੀ ਸ਼ਕਸੀਤਾ ਆਇਆ ਪਰ ਇਹ ਸਿੰਘ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਕਿਆ ਹੀ ਇਹ layak ਸਨ ਕਾਲ ਤਖਤ ਦੇ ਜਥੇਦਾਰ ਤੇ ਸਭ ਤੋਂ ਬਿਹਤਰ ਚੋਇਸ ਸੀ ਤੇ ਜਿੰਨਾ ਚਿਰ ਰਹੇ ਇਹਨਾਂ ਨੇ ਬਿਲਕੁਲ ਉਹ ਫਰਜ਼ ਨਿਭਾਇਆ ਤੇ ਜਦੋਂ ਸਰਕਾਰ ਨੇ ਇਹਨਾਂ ਨੂੰ ਅਰੈਸਟ ਕੀਤਾ ਤੇ ਵੱਡਾ ਚੈਲੰਜ ਅੱਗੇ ਰੱਖਿਆ ਮੌਤ ਦਾ ਤੇ ਇਹਨਾਂ ਨੇ ਮੌਤ ਕਬੂਲ ਕੀਤੀ ਸ਼ਹਾਦਤ ਕਵਿ ਕ੍ਰਿਤੀ ਬਹੁਤ ਹੀ ਸ਼ਾਨਾਮਤੀ ਇਹਨਾਂ ਦੀ ਸ਼ਹਾਦਤ ਹੈ ਇਸ ਸਾਡੇ ਲਈ ਬਹੁਤ ਪ੍ਰੇਰਨਾ ਦਾਇਕ ਹੈ ਨਦੀ ਸ਼ਹਾਦਤ ਇਹਨਾਂ ਦਾ ਸਾਰਾ ਜੀਵ ਇਹਨਾਂ ਦੀ ਕੋਈ ਇਹ ਜੀ ਆਵਾ ਸੀ ਕਿ ਜਿਹੜੇ ਸਿੰਘ ਇਹਨਾਂ ਨਾਲ ਰਹਿੰਦੇ ਸੀ ਉਹ ਬਾਣੀ ਨਾਲ ਲੱਗ ਜਾਂਦੇ ਸਨ ਸਿਮਰਨ ਨਾਲ ਲੱਗ ਜਾਂਦੇ ਸਨ ਤੇ ਸੰਘਰਸ਼ ਨਾਲ ਲੱਗ ਜਾਂਦੇ ਸਨ ਕਿਉਂਕਿ ਸੰਘਰਸ਼ ਲਈ ਸ਼ਹਾਦਤ ਲਈ ਬਹੁਤ ਜ਼ਰੂਰੀ ਹੈ ਸਿਮਰਨ ਤੇ ਬਾਣੀ ਇੱਕ ਵਾਰ ਜੇਲ੍ਹ ਦੀ ਗੱਲ ਹੈ ਕਿ ਸੰਗਰੂਰ ਜੇਲ੍ਹ 'ਚ ਜਦੋਂ ਇਹਨਾਂ ਨੂੰ ਰੈਸਟ ਕਰਕੇ ਲੈ ਕੇ ਗਏ ਤਾਂ ਉੱਥੇ ਸਿੰਘਾਂ ਨੇ ਰੋਧਤਾਲ ਕਰ ਦਿੱਤੀ ਕਿ ਅਸੀਂ ਇਹਨਾਂ ਨੂੰ ਮਿਲਣਾ ਹੈ ਤੇ ਉਸ ਵਕਤ ਬੜੇ ਜ਼ਾਲਮ ਅਫਸਰ ਸੀ ਸੰਗਰੂਰ ਜੇਲ੍ਹ 'ਚ ਇੱਕ ਬੜਾ ਬੁੱਚੜ ਸੀ ਜਗਰੂਪ ਸਿੰਘ ਤੇ ਜੰਦਲ ਸੀ ਉਹ ਨਹੀਂ ਮੰਨੇ ਉੱਥੇ ਗੱਲ ਵੱਧ ਗਈ ਗੋਲੀ ਚੱਲੀ ਤਿੰਨ ਸਿੰਘ ਸ਼ਹੀਦ ਹੋਏ ਜਿਨ੍ਹਾਂ ਵਿੱਚ ਵਸਨ ਸਿੰਘ ਸਖੀਰਾ ਵੀ ਸੀ ਇਹੋ ਜੀ ਸੀ ਇਹਨਾਂ ਦੀ ਸ਼ਖਸੀਅਤ ਜਿਹੜਾ ਵੀ ਇਹਨਾਂ ਦੇ ਰੰਗ ਸੰਗਤ ਚ ਆ ਜਾਂਦਾ ਸੀ ਉਹ ਗੁਰੂ ਦੇ ਨੇੜੇ ਆ ਜਾਂਦਾ ਸੀ ਇਹਨਾਂ ਤੇ ਬਖਸ਼ਿਸ਼ ਸੀ ਇਹਨਾਂ ਦਾ ਉੱਚਾ ਕਰਦਾਰ ਸੀ ਅੱਜ ਦੇ ਨੌਜਵਾਨਾਂ ਲਈ ਇਹੋ ਜੇ ਸਿੰਘ ਪ੍ਰੇਰਨਾ ਦਾਰਕ ਇਹੋ ਜੇ ਆਈਡੀਅਲ ਹਨ ਤੇ ਮੈਂ ਅਖੀਰ ਵਿੱਚ ਕਹਾਂਗਾ ਕਿ ਜ세ਦਰ ਗੁਰਦੇਵ ਸਿੰਘ ਉਹਨਾਂ ਦੀ ਸੋਚੀ ਸ਼ਖਸੀਅਤ ਤੋਂ ਉਹਨਾਂ ਦੇ ਸਿਮਰਨ ਤੋਂ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣਾ ਚਾਹੀਦਾ ਉਹ ਕਿਸ ਤਰ੍ਹਾਂ ਪਰੰਪਰਾ ਦੀ ਰਵਾਇਤ ਦੀ ਮਰਿਆਦਾ ਦੀ ਗੱਲ ਕਰਦੇ ਸੀ ਕਿਸ ਤਰ੍ਹਾਂ ਸੰਗਤੀ ਫੈਸਲਿਆਂ ਦੀ ਗੱਲ ਕਰਦੇ ਸੀ ਕਿਵੇਂ ਗੁਰਮਤੇ ਦੀ ਗੱਲ ਕਰਦੇ ਸੀ ਕਿਵੇਂ ਪੰਜ ਪ੍ਰਦਾਨੀ ਨਾਹੀ ਚੋਣ ਦੀ ਗੱਲ ਕਰਦੇ ਸੀ ਇਹ ਸਾਰੀਆਂ ਗੱਲਾਂ ਅੱਜ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈ ਉੱਚੇ ਸੁੱਚੇ ਜੀਵਨ ਦੀ ਇੱਕ ਸਿਮਰਨ ਵਾਲੇ ਤੇ ਸੇਵਾ ਵਾਲੇ ਤੇ ਸੰਘਰਸ਼ ਵਾਲੇ ਜੀਵਨ ਦੀ ਵਾਹਿਗੁਰੂ ਜੀ ਦਾ ਖਾਲਸਾ